ਪਿਛਲੇ ਦਿਨ ਨਾ ਕੋਈ ਚਲੋ ਉੱਨੀ ਇੱਕੀ ਗੱਲਾਂ ਹੁੰਦੀਆਂ ਨੇ। ਮੇਨ ਗੱਲ ਸਾਡੇ ਵਾਸਤੇ ਨਾ ਕੋਈ ਐਮ ਪੀ ਏ ਵੱਡਾ, ਨਾ ਐਮ ਐਲ ਏ ਵੱਡਾ, ਸਾਡਾ ਹੈਗਾ ਜੋ ਆਪਦਾ ਨਿਆਂ ਵਾਸਤੇ ਵੱਡਾ। ਹਰ ਗੱਲ ਉਸ 'ਤੇ ਖੜੀ ਹੈ, ਸਾਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਚਲੋ ਉਹ ਸਾਨੂੰ ਮਹਿਸੂਸ ਹੋਇਆ ਸੀ ਵੀ ਉਹਦੀ ਗੱਲ ਨਹੀਂ ਹੋ ਰਹੀ, ਇਸ ਕਰਕੇ ਅਸੀਂ ਇਹ ਗੱਲ ਆਪਦੀ ਰੱਖੀ ਸੀ ਵੀ ਉਦੋਂ ਘੱਟ ਸਾਡੀ ਗੱਲ ਕਿਤੇ ਬਣਦੀ ਨਹੀਂ ਯਾਰ, ਸਾਨੂੰ ਬਾਕੀ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈਗੀ। ਉਹ ਸਾਰੇ ਬਾਈ ਜੀ ਹੋਰਾਂ ਨੇ ਵਿਸ਼ਵਾਸ ਦਿਵਾਇਆ, ਧੰਨਵਾਦ ਇਹਨਾਂ ਦਾ। ਇਲੈਕਸ਼ਨ ਦਾ ਸਮਾਂ, ਮੈਂ ਤਾਂ ਇੱਕ ਵੱਖਰੀ ਜਿਹੀ ਵਿਚਾਰਧਾਰਾ ਦਾ ਬੰਦਾ, ਜੇ ਸ਼ਾਇਦ ਮੈਨੂੰ ਬੀ ਜੇ ਪੀ ਵਾਲਾ ਜਾਂ ਮੋਦੀ ਆਪਦੀ ਵਾਲੀ ਸੀਟ ਵੀ ਕਰਦੇ ਨਾ ਵੀ ਆ ਜਾ ਇੱਥੇ ਆ ਜਾ, ਮੈਂ ਕਦੇ ਹਾਂ ਨਹੀਂ ਕਰਦਾ। ਵੱਡੀ ਗੱਲ ਹੈ, ਮੇਰੇ ਵਰਗੇ ਨੂੰ ਕਰਦਾ ਬੇਸ਼ੱਕ ਕੋਈ ਨਹੀਂ, ਪਰ ਸਾਡੀ ਜ਼ਮੀਰ ਇੰਨੀ ਜ਼ਰੂਰ ਮੰਨਦੀ ਹੈ ਵੀ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਸਾਡੇ ਜਵਾਕ ਦਾ ਹੀ ਕਤਲ ਕਰਵਾਤਾ ਯਾਰ, ਉਹਨਾਂ ਨਾਲ ਸਾਂਝ ਦਾ ਤਾਂ ਮੁੱਕ ਗਿਆ ਕਲੇ ਸੀ। ਉਹ ਮੇਰੇ ਵੀਰ ਨੇ ਕਹਿਤੀ ਸੀ ਨਾ ਵੀ ਕਈ ਵਾਰੀ ਚਲੋ ਲੀਡਰ ਹੁੰਦੇ ਨੇ ਇੱਧਰ ਉੱਧਰ ਚਲੇ ਜਾਂਦੇ, ਅਸੀਂ ਜਿੰਨੀ ਸਾਡੀ ਗਵਾਹ ਅਸੀਂ ਤੁਹਾਨੂੰ ਜਿਤਾਉਣ ਵਾਸਤੇ ਕੋਈ ਕਸਰ ਨਹੀਂ ਛੱਡਦੇ, ਕਦੇ ਵੀ ਦੋਗਲੇਪਣ ਵਾਲਾ ਤਾਂ ਅੰਦਰ ਹਿਰਦੇ ਹੀ ਨਹੀਂ। ਪਰ ਇੱਕ ਗੱਲ ਜ਼ਰੂਰ ਇਹ ਹੈ, ਜੇ ਤੁਹਾਨੂੰ ਕੋਈ ਮੋਦੀ ਵਾਲੀ ਥਾਂ 'ਤੇ ਬਿਠਾਏ ਕਦੇ ਬੀਜੇਪੀ 'ਚ ਨਾ ਬੈਠੋ, ਬਸ ਇੱਕੋ ਗੱਲ ਹੈ। ਸਾਨੂੰ ਇਸ ਗੱਲ ਤੋਂ ਤਾਂ ਜਿਵੇਂ ਕਹਿੰਦੇ ਨਾ ਨਫ਼ਰਤ ਹੈ, ਜਿੰਨੀ ਕਹਿੰਦੇ ਉਹ ਨਹੀਂ ਬਹੁਤ ਉਸ ਮਹਿਸੂਸ ਹੁੰਦਾ ਤਾਂ ਅੱਜ ਰਾਜ ਸਭਾ ਦੀ ਸੀਟ ਦੇਣ ਵਾਸਤੇ ਤੜਕੇ ਦੇ ਆਪਣੇ ਕੋਲ ਫੋਨ ਖੜਕੀ ਜਾਂਦੇ। ਅੱਜ ਦੀ ਡੇਟ 'ਚ ਤੁਹਾਨੂੰ ਗੱਲ ਦੱਸਣਾ ਵੀ ਆਪਾਂ ਚੋਣਾਂ ਦੀਆਂ ਗੱਲਾਂ ਕਰਦੇ ਹਾਂ ਵੀ ਸੀਟ ਲੈ ਲਓ ਸੀਟ ਲੈ ਲਓ, ਇਹ ਗੱਲ ਸਾਨੂੰ ਕਦੇ ਹੀ ਮਨਜ਼ੂਰ ਨਹੀਂ। ਸਾਨੂੰ ਰਾਹੀ ਰਾਹੀ ਗੱਲ ਦਾ ਪਤਾ ਹੈ ਬੱਚਾ ਕਿੱਥੋਂ ਹੋਇਆ, ਕੀ ਪਲੈਨ, ਕੀ ਜਿੰਨਾ ਚਿਰ ਜਿਉਂਦਾ ਸੀ ਉਹਨਾਂ ਚਿਰ ਸੌ ਮਤ ਭੇਦ ਹੁੰਦੇ ਨੇ, ਪਰ ਮਰਨ ਤੋਂ ਬਾਅਦ ਇਸ ਕਤਲ ਨੂੰ ਅੰਜਾਮ ਇਕੱਲੇ ਆਖਰ ਨੂੰ ਅਫਸਰ ਹੈ ਕੋਈ ਬੈਠਾ ਕਿਸੇ ਵੀ ਸੀਟ 'ਤੇ ਅੰਦਰ ਤਾਂ ਉਹਦੇ ਵੀ ਦੇਣਾ ਨਾ। ਜਦੋਂ ਇਹ ਕਾਂਡ ਹੋਇਆ ਉਦੋਂ ਬਾਅਦ ਸਾਰਿਆਂ ਨੇ ਹੀ ਇਹਦੀ ਜਿਹੜੀ ਅਸਲ ਇਨਵੈਸਟੀਗੇਸ਼ਨ ਆ ਉਹ ਸਾਡੇ ਕੋਲ ਹੋਏਗੀ, ਪਰ ਕੋਈ ਗੱਲ ਨਹੀਂ ਸੁਣਦਾ ਇਸ ਮਸਲੇ 'ਤੇ, ਨਾ ਇੱਥੋਂ ਵਾਲੀ ਸਰਕਾਰ ਅਤੇ ਨਾ ਉੱਥੋਂ ਵਾਲੀ ਸਰਕਾਰ। ਅਤੇ ਕੋਈ ਜਨਰਲ ਮਰਡਰ ਨਹੀਂ, ਕੋਈ ਗੈਂਗਸਟਰਵਾਦ ਨਾ, ਤਾਂ ਲੰਡਾ ਨਹੀਂ, ਖੱਖਾ ਨਹੀਂ। ਅਸੀਂ ਤਾਂ ਕਹਿੰਦੇ ਹਾਂ ਵੀ ਤੁਸੀਂ ਇੱਕ ਇੰਨਾ ਕਾਗਜ਼ ਗੈਂਗਸਟਰਵਾਦ ਦਾ ਉਹਦੇ ਸੰਬੰਧ ਦਾ ਕੱਢ ਕੇ ਦਿਖਾ ਦਿਓ, ਅਸੀਂ ਘਰੇ ਬੈਠਾਂਗੇ ਕੇ ਸੀ ਵਾਸ ਲੈ ਲਾਂਗੇ। ਇਸ ਕਰਕੇ ਇਹ ਸਾਰੀ ਇਸ ਬਦਮਾਸ਼ੀ ਦਾ ਕੀਤਾ ਹੋਇਆ, ਪਲੈਨ ਕੀਤਾ ਹੋਇਆ ਕਤਲ ਹੈ। ਇਹਦੀ ਤਹਿ ਤੱਕ ਜਾਣਾ ਬਸ ਨੂੰ ਵੱਡੀ ਗੱਲ ਕਰਨ ਲੱਗੇ ਇਹ, ਅਸੀਂ ਰਾਹੁਲ ਗਾਂਧੀ ਵੀ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਫਰਜ਼ ਕੀਤਾ, ਪਰ ਆਖਰ ਨੂੰ ਸਿਸਟਮ ਉਹੀ ਰਹਿਣਾ। ਸਾਨੂੰ ਪਤਾ ਵੀ ਜਿੱਥੇ ਜਾ ਕੇ ਇਹਦੇ, ਪਰ ਉਹ ਸਿਸਟਮ ਨੂੰ ਜੇ ਕੋਈ ਸੱਚੇ ਦਿਲੋਂ ਮਤਲਬ ਬਣਨ ਵਾਲਾ ਲਾਗੂ ਕਰੂਗਾ ਨਾ, ਇਹ ਗੱਲ ਫਿਰ ਬਾਹਰ ਆਉਣੀ ਨਹੀਂ, ਇਹ ਫਿਰ ਵੀ ਨਹੀਂ ਆਉਣੀ। ਇਸ ਪੱਧਰ ਦੀ ਇਹਦੀ ਕੋਂਸਪੀਰੈਂਸੀ ਹੈ। ਇਹ ਗੱਲ ਤਾਂ ਹੀ ਜੇ ਮੈਂ ਕਹਿੰਦਾ ਵੀ ਜੋ ਸਾਡੀ ਰਿਕਮੈਂਡ ਹੀ ਕਰ ਦੇਣਗੇ ਵੀ ਯਾਰ ਜੇ ਇੱਥੇ ਨਹੀਂ ਤਾਂ ਇਹਨੂੰ ਭੇਜੋ ਯੂਐਨ 'ਚ, ਇਹ ਜਾ ਕੇ ਫਿਰ ਕਤਲ ਨੇ ਬਾਹਰ ਆਉਣਾ ਨਹੀਂ, ਇਹਨੇ ਆਉਣਾ ਨਹੀਂ ਸਰਕਾਰ ਬਦਲਣ ਨਾਲ ਵੀ। ਐਡੀ ਵੱਡੀ ਕੋਂਸਪੀਰੈਸੀ ਹੈ ਇਹ। ਸਾਰੇ ਬੰਦੇ ਕੋਈ ਗੈਂਗਸਟਰਵਾਦ ਨਹੀਂ, ਸਾਰੇ ਅਫਸਰ ਗੈਂਗਸਟਰਵਾਦ ਨਾਲ ਰੋਜ਼ ਗੱਲਾਂ ਕਰਦੀਆਂ ਇਹਨਾਂ ਦੀਆਂ ਏਜੰਸੀਆਂ, ਕਨੇਡਾ ਵੀ ਹੁੰਦੀਆਂ ਨੇ, ਯੂਐਸਏ ਵੀ ਹੁੰਦੀਆਂ ਨੇ, ਰੋਜ਼ ਹੁੰਦੀਆਂ ਨੇ। ਉਹ ਸਰਦਾਰ ਜੀ ਲਾਰੈਂਸ ਨੂੰ 268 ਲਾ ਕੇ ਉਹਦਾ ਡੀਸੀ 'ਚ ਟੇਬਲ ਲੱਗਾ ਹੋਇਆ, ਮੈਨੂੰ ਕੋਈ ਬੰਦਾ ਗੱਲ ਦੱਸ ਕੇ ਗਿਆ, ਉਹਨੇ ਵੀਡੀਓ ਕਾਲ 'ਤੇ ਗੱਲ ਕਰੀ, ਜੇਲ੍ਹ ਜੂਲ ਨਹੀਂ ਹੈ ਕੋਈ ਉੱਥੇ, ਪੰਜ ਉਹਦੇ ਟੇਬਲ 'ਤੇ ਫੋਨ ਪਏ ਨੇ, ਅਤੇ ਅਸੀਂ ਨਿਆਂ ਦੀ ਆਸ ਕਿਤੋਂ ਕਰੀ ਜਾਂਦੇ ਹਾਂ। ਬੰਦਾ ਵੀਡੀਓ ਕਾਲ ਰਾਹੀਂ ਦੱਸਣ ਵਾਲਾ ਕਹਿੰਦਾ ਯਾਰ, ਕਹਿੰਦਾ ਇੱਥੋਂ ਗੁੱਟ ਤੱਕ ਇੱਥੋਂ ਤੱਕ ਖੰਭਣੀਆਂ ਲੱਗੀਆਂ ਹੋਈਆਂ ਨੇ, ਕਿੱਧਰ ਪਿਆ ਕਿੱਧਰ ਪਿਆ, ਤੈਨੂੰ ਮੇਜ਼ 'ਤੇ ਪੈਣ, ਮੇਜ਼ 'ਚ ਜੇਲ੍ਹ 'ਚ ਮੇਜ਼ 'ਤੇ ਬੈਠਾ, ਅਤੇ ਸਾਨੂੰ ਨਿਆਂ ਦਵਾਊਗਾ ਕੌਣ। ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਵੀ ਇਹ ਇਸ ਕਰਕੇ ਆ ਵੀ ਚਲੋ ਚੋਣਾਂ ਸਿਸ
ਦਾ ਜਿਹੜਾ ਹਿੱਸਾ ਆਪਾਂ ਲੜਨੀਆਂ ਹੁੰਦੀਆਂ ਨੇ, ਸਾਨੂੰ ਕਿਸੇ ਨਾਲ ਕੋਈ ਪਰਸਨਲੀ ਗਿਲਾ ਬਹੁਤਾ ਹੈ ਨਹੀਂ ਆਪਾਂ, ਪਰ ਕਈ ਗੱਲਾਂ ਹੁੰਦੀਆਂ ਨੇ। ਹੁਣ ਇਹ ਜਿਹੜੇ ਸਾਰੇ ਬੰਦੇ ਇੱਥੇ ਆਏ ਨੇ ਸਾਡੇ ਕੋਲ, ਹਰ ਬੰਦਾ ਚਾਹੁੰਦਾ ਹੁੰਦਾ ਵੀ ਗੱਲ ਕੀ ਹੋ ਰਿਹਾ। ਆਖਿਰ ਉਹ ਤਾਂ ਥੱਲੇ ਵਰਕਰ ਤੋਂ ਚੱਲਣੀ ਹੈ ਨਾ, ਇਕੱਲੇ ਤੋਂ ਗੱਲ ਉਹ ਜਿੱਥੇ ਜਦੋਂ ਕਿੱਥੋਂ ਉੱਥੋਂ ਕੋਈ ਉਹਨਾਂ ਨੂੰ ਐਂ ਲੱਗਦਾ ਵੀ ਇਹ ਗੱਲ ਠੀਕ ਨਹੀਂ ਹੋ ਰਹੀ, ਉਹ ਫਿਰ ਕਹਿੰਦੇ ਨੇ, ਫਿਰ ਉਹ ਕਹਿਣੀ ਪੈਂਦੀ ਹੈ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਜੀ ਆਇਆ, ਤੁਸੀਂ ਸਾਰੇ ਬੈਠੋ ਤਾਂ ਸਾਰੇ ਸਮਝਦਾਰ ਹੋ, ਪਰ ਇਹ ਬਹੁਤ ਵੱਡੀ ਲੜਾਈ ਹੈ। ਪੋਲੇ ਬਰੀ ਜੀ ਇਹਦੇ 'ਚੋਂ ਕੁਛ ਬਾਹਰ ਆਉਣਾ, ਜੇ ਆਪਾਂ ਕਹਾਂਗੇ ਪੋਲੇ ਬਰੀ ਕੁਛ ਆ ਜਾਏਗਾ, ਇਹਦੇ ਵਾਸਤੇ ਬਹੁਤ ਫਿਰਦਾ ਚਾਹੀਦਾ, ਮਤਲਬ ਆ ਜੇ ਕਹਿ ਲਈਏ ਜੇ, ਫਿਰ ਜਾ ਕੇ ਇਹ ਗੱਲ ਬਾਹਰ ਆਉਣੀ। ਉਮੀਦ ਕਰਦੇ ਹਾਂ ਵੀ ਕੋਈ ਸਮਾਂ ਇਹੋ ਜਿਹਾ ਬਣੇ ਅਤੇ ਜ਼ਰੂਰ ਬਾਹਰ ਆਵੇ। ਸਾਰਿਆਂ ਦਾ ਧੰਨਵਾਦ।